भाई एंड वाली गल्ला जड़ियां सी ना बहुत इमोशनल कर गई हैं यार। उन्होंने दसाया पहलो भाई सिद्धू मूसले ने कि मैं घरदिया का सिंगल चाइल्ड हाँ। हूँ दुख इस गल का कि माँ प्यो कोई नहीं औखी की मतलब नामुमकिन है, मुमकिन तो हो ही नहीं सकता किसी तरीके भी। कुछ नहीं कह सकते क्योंकि मेरे को होर कोई वर्ड्स नहीं है, क्योंकि मूसे वाले दी लाइफ नू लै के जितना असी बरीकी दे नाल स्टडी किया, अगर उन्हां दा जिक्र सुन के उन्हां दे बारे ए गल्लां सुन के कि उन्हां दा ब्याह भी होना सी, उन्हां ने हले ब्याह दा प्लान भी किया सी, हले उन्हां ने पता नहीं कितना जिहा साडे मतलब के नज़रां दे अगे कॉन्टेंट बनाना सी। अस्सलाम वालेकुम जी, सत श्री अकाल, की हाल चाल है वीरो, ठीक ठाक हो, फिट फाट हो, वेलकम करने थोड़ा जी अपने चैनल मूसे वाला रिएक्शन से। टिंडी जी बिच बिठा ली है मेरी जबान तो तलाड़ी रही है, क्यों मैं तेरा तोतलियां तोतलियां गल्लां करना है धीए साड़ी, आओ इधर बाय बाय कर दो। अच्छा गाइस, वीडियो के बारे गल कर लें अज तुहाडे नाल कि अज वीडियो का टाइटल हैगा जी सिद्धू मूसे वाला लास्ट इंटरव्यू फाइनल पार्ट लास्ट पार्ट। अज आखिरी हिस्सा देखने जा रहे हैं सिद्धू मूसे वाले आखिरी इंटरव्यू का, देखने की गल्लां बातें होंदियां फिर तुहाडे नाल शेयर भी करांगे कि साडा की एक्सपीरियंस रहा इस इंटरव्यू के बारे। चकी है जी लैट गैट चैट ते शैट जी, हथियारां दी भी गल है, एक थापियां दी भी आपां गल कीती कि एक जोर वाली भी गल कीती। सिद्धू दा अदर साइड भी है, वो इमोशनल भी है जां वो कदे जज्बाती भी हुंदा, ऑफ कोर्स ही ऑफ कोर्स, मैं दोनों फोटोआं च बहुत होया जब लोग इहो जिहीआं गल्लां सोचदे ने वी इह तां ऐ फोटो लाई फिरदा, इह तां बाहां दे टैटू ने, इह तां फलाने ने, मैनूं ऐ पुछिआ करदे जिवें कोई अपना नवां नहीं हुंदा हुंदा रिश्ता रुश्ता करवाउणा हुंदा, जिवें पुछदे वी मुंडा नशे तां नहीं करदा, उह दी बाहां दे टैटू कदा बणिआ होइआ। ਮੈਂ ਹੋਇਆ ਵੀ ਯਾਰ ਮੈਂ ਕਿਹੜੇ ਚੱਕਰ ਚ ਪਈ ਫਿਰਦਾ ਵੀ ਮੈਂ ਐਕਸਪਲੇਨ ਕਿਉਂ ਕਰੀ ਜਾਂਦਾ ਵੀ ਮੈਂ ਇਹੋ ਜਿਹਾ ਯਾਰ ਵੀ ਮੈਨੂੰ ਐਂ ਜੇ ਮਹਿਸੂਸ ਹੋਇਆ ਉਦੋਂ ਤੇ ਮਗਰੋਂ ਜਦੋਂ ਮੈਂ ਅੱਜ ਦੇਖਿਆ ਮੈਂ ਕਿਹਾ ਜਿਹੜਾ ਹੁਣ ਬਿਨਾਂ ਟੈਟੂ ਵਾਲਾ ਸੀ ਉਹ ਦੇਖ ਲਓ, ਜਿਹੜੇ ਟਰੈਕਟਰ ਤੇ ਫੋਟੋ ਨਹੀਂ ਲੱਗੀ ਸੀ ਉਹ ਦੇਖ ਲਓ, ਦੇਖ ਲਓ 1% ਮੰਗਦਾ। ਸੋ ਯਾਰ ਕਿਸੇ ਦੇ ਚਿਹਰੇ ਮੋਹਰੇ ਤੋਂ ਕਿਸੇ ਦੀਆਂ ਆਦਤਾਂ ਤੋਂ ਤੂੰ ਜੱਜ ਨਾ ਕਰ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਯਾਰ ਲੋਕ ਗਲਤ ਜੱਜ ਕਰਦੇ ਬਾਈ, ਜਿੰਨਾ ਚਿਰ ਤੁਸੀਂ ਮੈਨੂੰ ਮਿਲੇ ਨਹੀਂ ਧਰਨੇ ਤੋਂ ਪਹਿਲਾਂ ਤੁਸੀਂ ਮੇਰੇ ਬਾਰੇ ਉਹ ਗੱਲ ਸੋਚਦੇ ਹੋ, ਮੇਰੇ ਪਤਾ ਨਹੀਂ ਕਿਹੋ ਜਿਹਾ, ਜਿੱਦਣ ਆਪਾਂ ਮਿਲੇ ਤਾਂ ਹੁਣ ਆਪਾਂ ਕਿੰਨਾ ਆਪਸ ਦੇ ਵਿੱਚ ਆਪਣਾ ਭਾਈਚਾਰਾ। ਸੋ ਕਈ ਵਾਰੀ ਚੀਜ਼ਾਂ ਦੀ ਕਹਿੰਦੇ ਹੁੰਦੇ ਨਾ ਵੀ ਕਵਰ ਤੇ ਕੁਛ ਹੋਰ ਲਿਖਿਆ ਹੁੰਦਾ ਤੇ ਬੁੱਕ ਕੁਛ ਹੋਰ ਹੁੰਦੀ, ਕਵਿਤਾ ਦੀ ਜੱਟਾਂ ਦੇ ਘਰਾਂ ਪਰਿਵਾਰਾਂ ਚੋਂ 6-7 ਕਿੱਲੇ ਵਾਲੀ ਜ਼ਮੀਨ ਤੋਂ, ਯਾਨੀ ਕਿ ਘਰ ਤੋਂ ਅਸੀਂ ਸ਼ੁਰੂ ਕੀਤਾ, ਹੁਣ ਮਾੜਾ ਮੋਟਾ ਰਹਿਣ ਜੋਗੇ ਹੋਏ, ਆਪਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਪਿਆਰ ਨਾਲ ਲੋਕਾਂ ਨਾਲ ਇੱਜ਼ਤ ਨਾਲ, ਪਰ ਵੀ ਕਈ ਵਾਰੀ ਕੁਛ ਸ਼ਰਾਰਤੀ ਅੰਸਰ ਨੇ ਵੀ ਜਿਹੜੇ ਇਹਨਾਂ ਚ, ਪਰ ਉਹ ਮੈਂ ਸੌਫਟ ਹਾਰਟ ਵਾਲੀ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਇੱਕ ਹੁੰਦਾ ਕਈ ਵਾਰੀ ਬੰਦਾ ਇਮੋਸ਼ਨਲ ਹੋਇਆ ਹੁੰਦਾ ਹੈ, ਕਈ ਵਾਰੀ ਮਾਂ ਕੋਲੇ ਜਾ ਕੇ ਬੰਦਾ ਕੋਈ ਐਸੀ ਗੱਲ ਕਰਦਾ ਕਿ ਅੱਜ ਮੈਨੂੰ ਆਹ ਗੱਲ ਹੈ ਮੈਂ ਅੱਜ ਬਹੁਤ ਟੁੱਟਿਆ, ਜਦੋਂ ਸਿੱਧੂ ਟੁੱਟਦਾ ਤਾਂ ਉਹ ਕਿੱਥੇ ਹੁੰਦਾ, ਪੇਰੈਂਟਸ ਕੋਲੇ ਜਾਂਦਾ ਜਾਂ ਇਕੱਲੇ, ਬਈ ਮੇਰੇ ਕੋਲ ਤਾਂ ਮਾਂ ਪਿਓ ਰਹਿ ਜਾਂਦਾ। ਹੈਗੀ ਹੈ ਵੀ ਜੇ ਅਸੀਂ ਸੱਚੇ ਹਾਂ ਤਾਂ ਅਸੀਂ ਬੈਠੇ ਹਾਂ ਬਾਈ, ਜਿੱਦਣ ਕੋਈ ਸਾਡੇ ਤੇ ਅਕਸ ਵਾਲੇ ਸਾਡੇ ਤੋਂ ਕੋਈ ਸਵਾਲ ਪੁੱਛੋ ਅਸੀਂ ਇੱਥੇ ਬੈਠੇ ਹਾਂ ਜੀ ਭੱਜਣ ਵਾਲਿਆਂ ਚੋਂ, ਜੇ ਸਾਡੇ ਤੇ ਕੋਈ ਗੱਲ ਕੋਈ ਕਹਿੰਦਾ ਨਾ ਵੀ ਹਾਂ ਬਈ ਆਹ ਮੇਰੇ ਤੇ ਬੜੇ ਇਲਜ਼ਾਮ ਲੱਗੇ ਨੇ ਬਈ ਇਹ ਤੋਂ ਪਹਿਲਾਂ, ਇਹ ਤਾਂ ਚਲੋ ਹੁਣ ਨਵੀਆਂ 2 ਖਬਰਾਂ ਲੱਗੀਆਂ ਨੇ, ਬਹੁਤ ਕੁਛ ਪਹਿਲਾਂ ਮੇਰੇ ਤੇ ਹੁੰਦਾ ਰਿਹਾ, ਬੜੇ ਬੜੇ ਮੈਂ ਕਹਿੰਦਾ ਮੇਰੇ ਨਾਲ ਬੈਠ ਕੇ ਗੱਲ ਕਰੋ ਬਈ, ਜੇ ਤੁਹਾਨੂੰ ਕੁਛ ਗਲਤ ਲੱਗਦਾ ਲਿਆਓ ਸਾਹਮਣੇ, ਮੈਂ ਬੈਠਾ ਜੇ ਮੈਂ ਸਜ਼ਾ ਦਾ ਹੱਕਦਾਰ ਹੂੰ ਮੈਂ ਸਭ ਤੋਂ ਪਹਿਲਾਂ ਜਾਊਂਗਾ ਵੀ ਆਹ ਦੇਖੋ ਜੀ ਮੇਰੀ ਗਲਤੀ ਇੱਥੇ ਆ ਚੁੱਕ, ਪਰ ਬੇਫਾਲਤੂ ਦਾ ਕਿਸੇ ਨੂੰ ਘੜੀਸੀ ਜਾਣਾ ਦੱਬੀ ਜਾਣਾ, ਹੁਣ ਉਹੀ ਗੱਲ ਲਾ ਲਓ ਵੀ ਅੱਜ ਫੜੇ ਤਾਂ ਸਿੰਗਲਾ ਸਾਹਿਬ ਗਏ ਨੇ, ਸਵਾਲ ਮੈਨੂੰ ਹੋਈ ਜਾਂਦੇ ਨੇ, ਯਾਰ ਮੈਂ ਪਬਲਿਕ ਫਿਗਰ ਆ ਯਾਰ, ਮੇਰੇ ਨਾਲ 1000 ਬੰਦਾ ਵਰਤਦਾ, 1000 ਬੰਦਾ ਮੇਰੇ ਕੋਲੇ ਆਉਂਦਾ, ਕੋਈ ਜੇ ਕੋਈ ਗਲਤ ਕਰਦਾ ਸੀ ਕਿਸੇ ਦੇ ਗਲਤ ਦਾ ਹਿੱਸਾ ਥੋੜ੍ਹੀ ਆ ਯਾਰ, ਮੇਰੇ ਰਿਸ਼ਤੇਦਾਰ ਨੇ ਜਿਹੜੇ ਮੇਰੇ ਨਾਲ ਵਰਤਦੇ ਨੇ, ਕਦੇ ਮਾਂ ਨੇ ਕਿਹਾ ਕਿ ਕੋਈ ਐਸੀ ਗੱਲ ਆਈ ਹੋਵੇ ਕਿ ਇਹਨਾਂ ਚੀਜ਼ਾਂ ਤੋਂ ਦੂਰ ਹੋ, ਜਾਂ ਫਿਰ ਉਹ ਹਮੇਸ਼ਾ ਬੈਕ ਕਰਦੀ ਹੈ ਕਿ ਨਹੀਂ ਮੈਂ ਨਾਲ ਖੜੀ ਆ, 4-5 ਸਾਲ ਹੋ ਗਏ ਬਾਈ ਜੀ ਮੇਰੇ ਨਾਲ, ਘੱਟੋ ਘੱਟ ਵੀ ਮਿਨੀਮਮ ਟੂ ਮਿਨੀਮਮ 200 ਬੰਦਾ ਹੋਣਾ ਜਿਹਨਾਂ ਮੈਂ ਵਰਤਦਾ ਸੀ, ਹੁਣ ਮੇਰੇ ਕੋਲ 2-3 ਹੀ ਰਹਿ ਗਏ, ਉਹਨਾਂ ਨੂੰ ਪਤਾ ਵੀ ਜਿਉਂ ਜਿਉਂ ਟਾਈਮ ਲੰਘੀ ਜਾਂਦਾ ਬੰਦੇ ਨਿਖੜੀ ਜਾਂਦੇ ਆ, ਮਚਿਓਰ ਹੋਈ ਜਾਂਦਾ ਸਿਆਣਾ ਹੋ ਜਾਂਦਾ, ਇਹ ਵੀ ਲੰਘ ਜਾਣਗੇ ਕਰ, ਸੋ ਵੇਟ ਹੀ ਕਰ ਰਹੇ ਨੇ ਬਸ, ਹੁਣ ਇਕੱਲੀ ਰਹਿ ਗਏ ਹੁਣ ਤਾਂ ਛੱਡੀ ਆ, ਪਰ ਦੁਨੀਆਦਾਰੀ ਹੈ ਜੀ, ਮਿਲਣਾ ਕਰਨਾ ਹੱਥ ਮਿਲਾਉਣਾ ਸਾਰਿਆਂ ਨਾਲ ਹੀ ਪੈਂਦਾ, ਹੁਣ ਉਹ ਹੱਥ ਮਿਲਾਏ ਨੂੰ ਵੀ ਕੋਈ ਬੰਦਾ ਗਲਤ ਲੈ ਲੇ ਤਾਂ ਇਹ, ਪਰ ਅਸੀਂ ਇਹ ਗੱਲ ਵੀ ਯਾਰ ਸਾਡੀ ਇਸ ਚੀਜ਼ ਦੀ ਪਿੱਠ ਸੁਣਦੀ ਹੈ, ਸਾਡਾ ਪਿਛਲਾ ਬੈਕਗਰਾਉਂਡ ਦੇਖ ਲਓ, ਹਾਂ
ਅਸੀਂ ਕੋਈ ਕੋਈ ਸਾਡੇ ਨਾਲ ਕਿਸੇ ਨਾਲ ਬਹਿਸ ਕੋਈ ਗਾਲ ਕੱਢ ਦਈਏ ਕਿਸੇ ਨੂੰ ਹੋ ਸਕਦਾ, ਪਰ ਅਸੀਂ ਕਦੇ ਕਿਸੇ ਦਾ ਮਾੜਾ ਸੋਚਣ ਤੇ ਮਾੜਾ ਕਰਨ ਤੇ ਕਦੇ ਵੀ ਨਹੀਂ ਵਿਸ਼ਵਾਸ ਰੱਖਦੇ। ਉਹ ਚੀਜ਼ਾਂ ਕਈ ਜਾਣ ਨਹੀਂ, ਕਈ ਜਾਣ ਉਹ ਫਿਰ ਜਦੋਂ ਬੰਦਾ ਤਾਂ ਹੋ ਜਾਂਦਾ ਬੜੇ ਪਲੰਦੇ ਬਣਦੇ ਨੇ, ਪੋਲੀਟੀਕਲ ਸਟੰਟਸ ਹੁੰਦੇ ਨੇ। ਸੋ ਇਸ ਤਾਂ ਇਹ ਚੀਜ਼ ਨੂੰ ਯਾਨੀ ਕਿ ਇਹ ਕਹਿੰਦੇ ਵੀ ਆਪਾਂ ਇਹੀ ਚੀਜ਼ ਵਿਸ਼ਵਾਸ ਕਰਦੇ ਹਾਂ, ਲਿਵ ਐਂਡ ਲੈਟ ਲਿਵ। ਤੇ ਆਹ ਵਾਲਾ ਪ੍ਰੈਸ਼ਰ ਜਿਹਾ ਨਹੀਂ ਘਰੋਂ ਪੈਣਾ ਸ਼ੁਰੂ ਹੋਇਆ, ਵਿਆਹ ਬਸ ਹੋ ਜੂਗਾ ਜੀ ਜਦੋਂ ਵਾਹਿਗੁਰੂ ਨੇ ਰੋਜ਼ ਕਹਿੰਦੇ ਨੀ ਹੁਣ ਅਸੀਂ ਜਾਵਾਂਗੇ ਮਗਰੋਂ ਫਿਰ ਘਰ ਦੇ ਇਕੱਠੇ ਬੈਠੇ ਵੀ ਹੁਣ ਕਰਾ ਲੈ ਹੁੰਦੇ। ਹੁਣ ਅਸਲ ਚ ਨਾ ਜਦੋਂ ਹਾਲਾਤ ਜੇ ਬਣ ਜਾਣ ਜੀ, ਤੁਸੀਂ ਸੋਚ ਹੀ ਸਕਦੇ ਹੋ ਮੈਂ ਸਿੰਗਲ ਚਾਈਲਡ ਹਾਂ, ਘਰਦਿਆਂ ਦਾ ਕੋਈ ਮੇਰਾ ਕੋਈ ਭੈਣ ਭਰਾ ਨਹੀਂ ਹੈਗਾ। ਉਹ ਜਦੋਂ ਘਰ ਉਹ ਹੀ ਲੋਕ ਕੌਂਸਲਾਂ ਜੇ ਲੱਗ ਜਾਂਦੇ ਨਾ ਵੀ ਆਹ ਕਰੇ ਆਹ ਖਬਰ ਯਾਰ, ਕਦੇ ਆਹ ਸੁਣ ਚੱਲ ਯਾਰ, ਕਦੇ ਆਹ ਸੁਣ, ਫਿਰ ਘਰ ਦੇ ਚਿੰਤਾ ਜ਼ਰੂਰ ਕਰਦੇ ਵੀ ਯਾਰ ਇਹ ਕਿਹੜੇ ਕੰਮਾਂ 'ਚ ਲੱਗੇ ਹੋਏ ਆਪਾਂ, ਕੰਮ ਕੀ ਕਰਨਾ ਆ, ਲਈ ਆਪਾਂ ਨੂੰ ਲੋਕ ਕਿੱਧਰ ਫਿਰਦੇ ਨੇ, ਕਰੀ ਕੁਛ ਹੋਰ ਜਾਂਦੇ ਹਾਂ। ਸੋ ਫਿਰ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਘਰਦਿਆਂ ਦੇ ਮਾਂ ਪਿਓ ਵਾਸਤੇ ਵੀ ਯਾਰ, ਅਸੀਂ ਹੁਣ ਇਕੱਲਾ ਇਕੱਲਾ ਤੂੰ ਹੈਗਾ ਵੀ ਕਿਹੜੇ ਚੱਕਰਾਂ 'ਚ ਪਿਆ, ਫਿਰ ਉਹੀ ਦੇਖ ਕੇ ਫਿਰ ਐਂ ਮੰਜਾ ਸਮਝਾ ਲੈਣਾ ਵੀ ਚੱਲ ਠੀਕ ਹੈ ਕੋਈ ਗੱਲ ਨਹੀਂ ਕਰਾ ਲਾਂਗੇ, ਕੱਲ ਨੂੰ ਕਰਾ ਲਾਂਗੇ ਵਿਆਹ ਤੋਂ। ਐਂ ਜੇ ਹੁੰਦੇ ਵੀ ਚੱਲ ਜਿੰਨਾ ਚਿਰ ਆਪਾਂ ਕੰਮ ਕਰ ਰਹੇ ਹਾਂ ਨਾ ਇੱਕ ਇੰਡੀਵਿਜੁਅਲਿਟੀ ਹੋਰ ਹੁੰਦੀ ਹੈ ਤੇ ਵਿਆਹ ਤਾਂ ਹੋ ਹੀ ਜਾਣਾ, ਸਾਰਿਆਂ ਦੀ ਖੜਾ ਕਰਾ ਕੇ ਖੜਾ ਛੁੱਟਦਾ। ਆਖਰੀ ਸਵਾਲ ਹੈ ਮੇਰਾ, MLA ਬਣਨ ਦਾ ਸੁਪਨਾ ਹੈ ਜਾਂ ਤਾਂਗ ਹੈ ਜਾਂ ਦਿਲ ਚ ਰੀਝ ਹੈ, ਜਾਂ ਜਿਵੇਂ ਉੱਥੇ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਹਰ ਚੀਜ਼ ਕਰਕੇ ਦਿਖਾਈ ਵੀ ਹੁਣ ਇੱਕ ਵਾਰੀ ਇਹ ਵੀ ਕਰਕੇ ਦਿਖਾਊਂਗਾ? ਨਹੀਂ ਦੇਖੋ ਮੇਰੀ ਗੱਲ ਸੁਣੋ ਜੀ, ਮੈਂ ਕੋਈ MLA ਨਹੀਂ ਸੀ ਬਣਦਾ, ਉਹੀ ਕੀੜਾ ਹੁੰਦਾ ਤੁਹਾਡੇ ਮਨ ਚ, ਨਹੀਂ ਯਾਰ ਕਰਾਂਗੇ ਆਪਾਂ ਕਰਕੇ ਦੇਖਦੇ ਸਾਰਾ। ਉਹ ਕਹਿੰਦੇ ਮੱਛੀ ਪੱਥਰ ਜੱਟ ਕੇ ਨੀ ਨਾ ਮੁੜਦੀ, ਉਹਨਾਂ ਚਿਰ ਕੋਈ ਬਾਈ ਮੈਂ ਯਾਨੀ ਕਿ ਮੇਰਾ ਇਰਾਦਾ ਨੀ ਹੈਗਾ, ਪਰ ਲੋਕਾਂ ਦਾ ਹੁਕਮ ਜਿੱਥੇ ਲੋਕ ਕਹਿਣਗੇ ਉਹਨਾਂ ਨਾਲ ਬਣੇ ਰਹੋਗੇ, ਬਣੇ ਰਹੋ, ਛੱਡਣ ਨੀ ਲੱਗੇ 101% ਬਾਈ, ਇਹ ਨੀ ਛੱਡਣ ਲੱਗੇ ਬਾਈ। ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ, ਥੈਂਕ ਯੂ ਬਾਈ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਬਹੁਤ ਦਿਲ ਦੀਆਂ ਗੱਲਾਂ ਅੱਜ ਸਿੱਧੀਆਂ ਸਿੱਧੂ ਮੂਸੇਵਾਲਾ ਦੇ ਨਾਲ ਹੋਈਆਂ, ਇਸ ਪੇਸ਼ਕਸ਼ 'ਚ ਇੰਨਾ ਇਜਾਜ਼ਤ ਦਿਓ, ਧੰਨਵਾਦ। ਕਈ ਬੰਦੇ ਮੈਨੂੰ ਕਹਿੰਦੇ ਆ ਤੂੰ ਕਾਂਗਰਸ ਜੁਆਇਨ ਕਰ ਲਈ ਤੇਰੇ ਫਿੱਟ ਹੋ ਗਿਆ ਬਾਈ, ਐਂਡ ਵਾਲੀਆਂ ਗੱਲਾਂ ਜਿਹੜੀਆਂ ਸੀ ਨਾ ਬਹੁਤ ਇਮੋਸ਼ਨਲ ਕਰ ਗਈਆਂ ਯਾਰ, ਬਾਕੀ ਸਾਰਾ ਇੰਟਰਵਿਊ ਜੁਆਇਨ ਕੀਤਾ ਨੇ ਦੁਖੀ ਕੀਤਾ ਤੇ ਇਹਨਾਂ ਕੀਤਾ, ਮਤਲਬ ਅਜੇ ਦਾ ਹਿਸਾਬ ਕੋਈ ਨਹੀਂ। ਦੁਖੀ ਗੱਲਾਂ ਕੀ ਕਿ ਉਹਨਾਂ ਨੇ ਦੱਸਿਆ ਪਹਿਲੋ ਬਾਈ ਸਿੱਧੂ ਮੂਸੇਵਾਲੇ ਨੇ ਕਿ ਮੈਂ ਘਰਦਿਆਂ ਦਾ ਸਿੰਗਲ ਚਾਈਲਡ ਆ, ਮਤਲਬ ਜੇ ਮੇਰੇ ਕੋਈ ਪਰੇਸ਼ਾਨੀ ਹੋਵੇ ਤੇ ਮੈਂ ਘਰਦਿਆਂ ਕੋਲ ਜਾਣਾ ਵਾ, ਸਿਰਫ ਮਾਪਿਓ ਰਹਿ ਗਿਆ ਮੇਰੇ ਕੋਲ। ਪਰ ਹੁਣ ਦੁੱਖ ਇਸ ਗੱਲ ਦਾ ਕਿ ਮਾਂ ਪਿਓ ਕੋਲ ਕੋਈ ਨਹੀਂ ਰਿਹਾ, ਹੋਰ ਗੱਲ ਕੋਈ ਵੀ ਨਹੀਂ, ਮਤਲਬ ਕੋਈ ਚੀਜ਼ ਵੀ ਕੁਝ ਨਹੀਂ ਆਉਂਦੀ, ਹਰ ਸ਼ਾਇਦ ਦੁਨੀਆਂ ਦੀ ਚੱਲਣ ਦੀ ਹਰ ਚੀਜ਼ ਉਂਝ ਹੀ ਚੱਲ ਰਹੀ ਹੈ, ਕੋਈ ਕਿਸੇ ਨੂੰ ਨਹੀਂ। ਪਰ ਘਾਟ ਜਿਸ ਚੀਜ਼ ਦੀ ਹੈ ਨਾ ਉਹ ਵੀ ਲੋਕਾਂ ਨੇ ਚਲੋ ਪੂਰੀ ਕਰ ਲੈਣੀ, ਕਦੀ ਇਹਨੂੰ ਸੁਣ ਕੇ ਕਦੀ ਉਹਨੂੰ ਸੁਣ ਕੇ ਕਦੀ ਉਹਨੂੰ ਸੁਣ ਕੇ, ਜਾਂ ਕੋਈ ਇਹਦਾ ਹੀ ਗਾਣਾ ਸੁਣ ਕੇ, ਪਰ ਘਾਟ ਜਿਹੜੀ ਮਾਂ ਪਿਓ ਦੀ ਘਾਟ ਹੈ ਨਾ ਬਾਬੇ, ਉਹ ਬਹੁਤ ਹੀ ਔਖੀ ਗੱਲ ਹੈ। ਔਖੀ ਕੀ ਮਤਲਬ, ਨਾਮੁਮਕਿਨ ਹੈ, ਮੁਮਕਿਨ ਤਾਂ ਹੋ ਹੀ ਨਹੀਂ ਸਕਦਾ ਕਿਸੇ ਤਰੀਕੇ ਨਾਲ ਵੀ, ਬੜਾ ਨੁਕਸਾਨ ਹੋ ਗਿਆ ਯਾਰ। ਅਤੇ ਦੂਜੇ ਨੰਬਰ 'ਤੇ ਘਰਦਿਆਂ ਨੇ ਜ਼ੋਰ ਵੀ ਲਾਇਆ ਕਿ ਤੂੰ ਇਕੱਲਾ ਕਰਾਂ ਸਾਡਾ ਯਾਰ, ਤੂੰ ਕਰ ਹੀ ਲੈ, ਪਰ ਜੇ ਕਰ ਲੈਂਦਾ ਤਾਂ ਸ਼ਾਇਦ, ਪਰ ਹੁੰਦਾ ਵੀਰੇ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੁੰਦਾ, ਉੱਥੋਂ ਹੁਕਮ ਹੋਣਾ ਮੋਲੇ ਵੱਲੋਂ ਤਾਂ ਫਿਰ ਹੀ ਜਾ ਕੇ ਕੰਮ ਬਣਨਾ ਹੋਣਾ, ਹੈ ਕੌਣ ਫਾਈਆ ਕੂਨ ਹੋਈ ਆ ਤੇ ਹੋਈ ਜਾਣਾ, ਤੇ ਜੇ ਉਹਨੇ ਕਹਿਣਾ ਨਾ ਨਹੀਂ ਹਜੇ ਤੇ ਫਿਰ ਨਹੀਂ, ਭਾਵੇਂ ਬੰਦਾ ਵੱਸ ਕੁੱਟ ਲਵੇ। ਬਾਕੀ ਆਪਣਾ ਕਾਕਾ ਤੁਹਾਂ ਖੇਡਦਿਆਂ ਵੇਖਿਆ, ਇੰਜੋਏ ਵੀ ਕੀਤਾ ਹੋਣਾ, ਕਾਕੇ ਆਰਾਮ ਕੀਤਾ ਫਿਰ ਵਹਿੰਦੇ ਵੇ। ਆਂਸਾ ਉਹ ਆਂਸਾ ਨਹੀਂ ਵੀ ਉਹਨੇ ਆਉਂਦੀ ਚਾਚੂ ਹੋਰਾਂ ਵੇਖਣਾ ਘੁੱਟ ਕੇ, ਜਰਾ ਕੋਈ ਵੇਖਦੇ ਆ ਕਿੰਨਾ ਕੁ ਘੁੱਟ ਕੇ ਵਹਿੰਦੇ ਆ। ਖੈਰ ਗਾਇਸ ਯਾਰ, ਅੱਜ ਦੀ ਵੀਡੀਓ ਲਈ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਹੋਰ ਕੋਈ ਵਰਡਸ ਨਹੀਂ ਹੈ, ਕਿਉਂਕਿ ਮੂਸੇਵਾਲਾ ਦੀ ਲਾਈਫ ਨੂੰ ਲੈ ਕੇ ਜਿੰਨਾ ਅਸੀਂ ਬਰੀਕੀ ਦੇ ਨਾਲ ਸਟੱਡੀ ਕੀਤਾ, ਅਗਰ ਉਹਨਾਂ ਦਾ ਜ਼ਿਕਰ ਸੁਣ ਕੇ, ਉਹਨਾਂ ਦੇ ਬਾਰੇ ਇਹ ਗੱਲਾਂ ਸੁਣ ਕੇ ਕਿ ਉਹਨਾਂ ਦਾ ਵਿਆਹ ਵੀ ਹੋਣਾ ਸੀ, ਉਹਨਾਂ ਨੇ ਹਲੇ ਵਿਆਹ ਦਾ ਪਲਾਨ ਵੀ ਕੀਤਾ ਸੀ, ਹਲੇ ਉਹਨਾਂ ਨੇ ਪਤਾ ਨਹੀਂ ਕਿਤਨਾ ਜਿਹਾ ਸਾਡੇ ਮਤਲਬ ਕਿ ਨਜ਼ਰਾਂ ਦੇ ਅੱਗੇ ਕੰਟੈਂਟ ਬਣਾਉਣਾ ਸੀ, ਇਵੇਂ ਗੱਲ ਹੈ ਹਾਈਏ ਤੇ ਪੈਰ ਮਤਲਬ ਉਹਨਾਂ ਰੱਖਿਆ ਸੀ ਇਹਦੇ ਵਿੱਚ ਸਿਆਸਤ ਦੇ ਵਿੱਚ, ਤੇ ਪਤਾ ਲੱਗਣਾ ਸੀ ਹੁੰਦੀ ਵੜੀਆਂ 'ਚ, ਬਹੁਤ ਵੱਡਾ ਨੁਕਸਾਨ ਕੀਤਾ ਖਾਸ ਕਰਕੇ ਪੰਜਾਬ ਦਾ। ਅਸੀਂ ਦੂਸਰੇ ਜਿੰਨੇ ਵੀ ਲੋਕ ਨੇ ਸਾਡੀ ਮਤਲਬ ਧੀ ਨੇ ਵੀ ਹੂੰ ਕਰ ਦਿੱਤਾ, ਹਾਂ ਹੂੰ ਵੀ ਕਰ ਦਿੱਤਾ, ਅਸੀਂ ਜਿੰਨੇ ਵੀ ਲੋਕ ਸਾਨੂੰ ਮੂਸੇਵਾਲੇ ਦੀ ਕਮੀ ਹੋਊਗੀ ਤੇ ਅਸੀਂ ਉਹਦੇ ਗਾਣੇ ਸੁਣ ਕੇ ਸਾਰ ਲਵਾਂਗੇ, ਅਸੀਂ ਤੇ ਸਾਰ ਲਾਂਗੇ, ਲੇਕਿਨ ਉਹਦੇ ਮਾਂ ਪਿਓ ਤੋਂ ਸਾਰਿਆਂ ਨੇ ਜਾਣਾ, ਉੱਥੇ ਸਾੜਨ ਵਾਲੀ ਕੋਈ ਸ਼ੈ ਨੀ ਬਾਬੇ ਲਈ। ਉਹ ਬੰਦਾ ਇੱਕ ਅੰਦਾਜ਼ਾ ਕਰ ਸਕਦਾ, ਜਿਸਦਾ ਕੋਈ ਗਿਆ ਹੋਵੇ ਨਾ ਉਹ ਅੰਦਾਜ਼ਾ ਕਰ ਸਕਦਾ ਕਿ ਮਤਲਬ ਉਹ ਹੱਸਦੇ ਨੇ ਤੇ ਕਿਵੇਂ ਹੱਸਦੇ ਹੋਣਗੇ, ਜੇ ਉਹ ਟੁੱਟਦੇ ਨੇ ਤੇ ਕਿਵੇਂ ਟੁੱਟਦੇ ਹੋਣਗੇ। ਹਾਲਾ ਫੇਸ ਕਰਨਾ ਜੀ ਯਾਰ, ਕਿ ਮਤਲਬ ਡੇਲੀ ਆ ਕੇ ਲੋਕ ਉਹਨਾਂ ਦੇ ਜ਼ਖਮ ਤਾਜ਼ੇ ਕਰਦੇ ਨੇ, ਅਸੀਂ ਤੇ ਮਤਲਬ ਆਪਣੇ ਨਾਲ ਚੱਲਦੇ ਹਾਂ ਕਿ ਚੱਲ ਮਿਲ ਕੇ ਆਉਂਦੇ ਹਾਂ, ਜਿੰਨੀ ਦੁਨੀਆਂ ਦਿਹਾੜੀ 'ਚ ਕਿੰਨੇ ਬੰਦੇ ਜਾਂਦੇ ਨੇ ਉਹਦੀ ਸਮਾਧੀ, ਦਿਹਾੜੀ 'ਚ ਉੱਨੀ ਆਈ ਉਹਨਾਂ ਦੇ ਜ਼ਖਮ ਤਾਜ਼ਾ ਹੁੰਦੇ ਨੇ, ਅਸੀਂ ਲੋਕ ਮਿਲ ਕੇ ਖੁਸ਼ ਹੋ ਕੇ ਭੁੱਲ ਕੇ ਟੁੱਟ ਜਾਂਦੇ ਹਾਂ।
ਪਰ ਉਹ ਨਹੀਂ ਭੁੱਲਦੇ ਹੈਗੇ, ਉੱਥੇ ਖਲੋਤੇ ਨੇ, ਅੱਜ ਵੀ ਉਸੇ ਜਗ੍ਹਾ ਤੇ ਖਲੋਤੇ ਨੇ, ਉਹਨਾਂ ਨੂੰ ਯਕੀਨ ਹੀ ਨਹੀਂ ਇਸ ਗੱਲ ਦਾ ਕਿ ਯਾਰ ਮਤਲਬ ਇਹ ਕੰਮ ਹੈ। ਉਹਨਾਂ ਨੂੰ ਤਾਂ ਨਹੀਂ ਪਤਾ ਲੱਗਾ, ਬਾਕੀ ਆਪਣੇ ਜ਼ਿਹਨ ਆਪਣੇ ਦਿਲ ਨਾਲ ਮੈਂ ਗੱਲ ਕਰ ਸਕਦਾ ਕਿ ਉਹ ਅੱਜ ਵੀ ਡੀਕਦੇ ਉਹਨਾਂ ਦੇ ਸਿੱਧੂ ਪੁੱਤਰ ਆਏ, ਕਿਸੇ ਦਾ ਨਹੀਂ ਮੈਨੂੰ ਪਤਾ। ਮੈਂ ਆਪਣੇ ਹਿਸਾਬ ਨਾਲ ਜਿਹੜਾ ਮਤਲਬ ਨਾ ਉਹਨਾਂ ਮੈਨੂੰ ਦੱਸਿਆ ਕਿ ਮਤਲਬ ਨਾ ਗੱਲ ਹੀ ਹੋਈ ਉਹਨਾਂ ਨਾਲ, ਬਾਕੀ ਜਿਹੜਾ ਮੇਰਾ ਦੇ ਦੇਣਾ ਉਹ ਦੱਸਦਾ ਕਿ ਬਈ ਉਹ ਮਤਲਬ ਅੱਜ ਵੀ ਸੋਚਦੇ ਉਹਨਾਂ ਕਿ ਨਹੀਂ ਸਿੱਧੂ ਪੁੱਤਰ ਆਏ। ਚਲੋ ਇੱਕ ਸਿੱਧੂ ਗਿਆ, ਉਮੀਦ ਮਾਵਾਂ ਬੜੇ ਜੇ ਸਿੱਧੂ ਜੰਮਣਗੀਆਂ ਵਾਲੇ, ਆਪਾਂ ਮਿਲਦੇ ਹਾਂ ਕਿਸੇ। ਆਉਂਦਾ ਨਹੀਂ ਬਈ ਕਿ ਗੋਲੀਆਂ ਦੇ ਨਾਲ ਮੁੱਕਣੇ ਨਹੀਂ, ਆਪਾਂ ਡਾਰਾ ਬਣ ਬਣੇ ਡਾਰਾ ਬਣ ਬਣੇ ਹੈ, ਤੇ ਅੱਲਾ ਖੈਰ ਕੀਤੀ ਉਹ ਵਕਤ ਜ਼ਰੂਰ ਨਹੀਂ, ਡਾਰਾ ਬਚਣਗੀਆਂ ਇਨਸ਼ਾਅੱਲਾ। ਤੇ ਸਾਨੂੰ ਦਿਓ ਮਿੱਤਰੋ ਇਜਾਜ਼ਤ, ਰਿਐਕਸ਼ਨ ਲੰਬਾ ਹੋ ਰਿਹਾ ਜਾ ਰਿਹਾ, ਤੇ ਮਿਲਣਗੇ ਨਵੀਂ ਵੀਡੀਓ ਸਾਡੇ ਵੱਲੋਂ। ਲਵ ਯੂ।